ਜਿੰਦਰ ਜੀ ਤੁਹਾਡੀ ਸਰਜਰੀ ਨੂੰ 1 ਮਹੀਨਾ ਹੋ ਗਿਆ ਜੀ, ਵੇਟ ਲਾਸ ਦੀ ਸਰਜਰੀ ਆਪਾਂ ਕੀਤੀ ਸੀਗੀ, ਕੈਸਾ ਲੱਗ ਰਿਹਾ ਤੁਹਾਨੂੰ? ਆਪਾਂ ਕੁਝ ਲੋਕਾਂ ਲਈ ਇਨਫੋਰਮੇਸ਼ਨ ਇਕੱਠੀ ਕਰਦੇ ਰਹਿੰਦੇ ਹਾਂ ਅਤੇ ਤੁਹਾਡਾ ਐਕਸਪੀਰੀਅੰਸ ਜਾਣਨਾ ਚਾਹਾਂਗੇ। ਬਹੁਤ ਵਧੀਆ ਜੀ, ਜਿੱਦਾਂ ਤੋਂ ਓਪਰੇਸ਼ਨ ਹੋਇਆ ਸਾਡੀ ਤਾਂ ਲਾਈਫ ਹੀ ਬਦਲਤੀ ਤੁਸੀਂ, ਅਤੇ ਹੁਣ ਜਿੰਨਾ ਵੀ ਮਤਲਬ ਕਿ ਜਿਹੜੇ ਵੀ ਸਾਡੇ ਦੋਸਤ ਸਾਨੂੰ ਦੇਖਦੇ ਨੇ ਉਹ ਕਹਿੰਦੇ ਵੀ ਉਹ ਤਾਂ 25 ਸਾਲ ਵਾਲਾ ਕੰਮ ਹੋ ਗਿਆ ਰਜਿੰਦਰ ਸਿੰਘ ਕਿੱਥੇ। ਤੁਹਾਨੂੰ ਅਸੀਂ ਇੱਕ ਦੋ ਵਾਰ ਦੱਸਿਆ ਵੀ ਆ ਵੀ ਸਾਡੇ ਕਈ ਰਿਸ਼ਤੇਦਾਰ ਨੇ ਜਿਹੜੇ ਮਤਲਬ ਕਿ ਹੋ ਰਹੇ ਨੇ ਸ਼ੁਰੂ, ਹੁਣ ਉਹਨਾਂ ਦੇ ਭੈਣ ਭਾਈ ਆ ਜਾਣ ਤੁਹਾਡੇ ਕੋਲ ਲੈ ਕੇ ਆਵਾਂਗੇ। ਬਾਕੀ ਮੇਰਾ ਪਰਸਨਲ ਤਾਂ ਜੀ ਮਤਲਬ ਹੁਣ ਕਿਆ ਸ਼ਬਦ ਕੀ ਵਰਤੀਏ ਇਸ ਕੰਮ ਖਾਤਰ, ਅਸੀਂ ਤਾਂ ਬਹੁਤ ਸੌਖੇ ਹੋ ਗਏ। ਨਹੀਂ, ਲੋਕਾਂ ਨੂੰ ਡਰ ਲੱਗਦਾ ਇਸ ਸਰਜਰੀ ਤੋਂ ਕਿ ਕੋਈ ਡਰ ਬਹੁਤ ਵੱਡੀ ਹੈ ਜੀ, ਮੇਰੇ ਆਹ ਨਾ ਹੋ ਜਾਵੇ, ਮੇਰੇ ਤੋਂ ਖਾਧਾ ਨਹੀਂ ਜਾਊਗਾ, ਮੇਰੀ ਜ਼ਿੰਦਗੀ ਖਰਾਬ ਹੋ ਜਾਊਗੀ, ਮੇਰੀ એનર્ਜੀ ਨਹੀਂ ਆਊਗੀ। ਤੁਹਾਨੂੰ ਤਾਂ ਦੇਖ ਕੇ ਲੱਗਦਾ ਕਿ ਤੁਸੀਂ ਤਾਂ 20 ਸਾਲ ਪਿੱਛੇ ਮੁੜ ਗਏ। ਅਸੀਂ ਇੱਕ ਦਿਨ ਬੈਠੇ ਸ਼ੂਗਰ ਚੈੱਕ ਕਰ ਰਹੇ ਸੀ, ਉਹ ਮੈਨੂੰ ਸਾਡੇ ਘਰਾਂ 'ਚੋਂ ਮਤਲਬ ਕੁੜੀ ਪੁੱਛ ਰਹੀ ਆ ਬਈ ਅੰਕਲ ਜੀ ਕਿੰਨਾ ਕੁ ਦਰਦ ਹੁੰਦਾ। ਮੈਂ ਕਿਹਾ ਭਾਈ ਉਂਗਲੀ ਕਰ, ਮੈਂ ਉਹ ਸੂਈ ਮਾਰੀ, ਮੈਂ ਸੂਈ ਮਾਰ ਕੇ ਕਿਹਾ ਮੈਂ ਕਿਹਾ ਇਹਦਾ ਦਰਦ ਹੋਇਆ? ਕਹਿੰਦੀ ਹਾਂ। ਮੈਂ ਕਿਹਾ ਮੈਨੂੰ ਤਾਂ ਇਹਦਾ ਵੀ ਨਹੀਂ ਹੋਇਆ ਸੀ ਬਈ, ਕੋਈ ਦਰਦ ਨਹੀਂ ਉੱਥੇ, ਕੁਛ ਨਹੀਂ ਹੈਗਾ, ਤੁਸੀਂ ਬੜੇ ਆਰਾਮ ਨਾਲ ਬਈ ਪਤਾ ਹੀ ਨਹੀਂ ਲੱਗਦਾ। ਦੇਖੋ ਉਹ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ, ਪਰ ਜਿਹੜੀ ਚੀਜ਼ ਹੈ ਉਹ ਹੈ। ਦੇਖੋ ਇੱਥੇ ਆ ਕੇ ਤਾਂ ਨਹੀਂ ਤਾਂ ਬੰਦਾ ਊ ਨਰਵਸ ਹੋ ਜਾਂਦਾ। ਬਿਲਕੁਲ ਬਿਲਕੁਲ, ਅਸੀਂ ਤਾਂ ਕਹਿੰਦੇ ਹਾਂ ਵੀ ਚਲੋ ਜੀ ਆਪਣੇ ਘਰ ਨੂੰ ਚੱਲਿਆ, ਬਹੁਤ ਵਧੀਆ ਤੁਹਾਡਾ ਟ੍ਰੀਟਮੈਂਟ ਸੀਗੀ। ਬਾਕੀ ਮੈਨੂੰ ਤਾਂ ਹੁਣ ਤੁਸੀਂ ਦੇਖ ਕੇ ਹੀ ਦੇਖ ਲਓ, ਕਹਿਣ ਦੀ ਕੀ ਲੋੜ ਆ। ਪਹਿਲੀ ਫੋਟੋ ਤੁਹਾਨੂੰ ਲਿਆ ਦਾਂਗੇ, ਉਹ ਕੰਮ ਨਹੀਂ ਨਾ ਵੀ ਇੱਕ ਫੋਟੋ ਦਾ ਪੈਨ ਕੇ ਲਾ ਕੇ ਖਿਚਾ ਲਈ, ਇੱਕ ਦੂਏ ਲੋਟ ਖਿਚਾ ਕੇ ਲਾ ਤੀ, ਉਹ ਨਹੀਂ। ਓਕੇ, ਤੇ ਤੁਹਾਡਾ ਸਮਝ ਲਓ ਵੀ ਤੁਸੀਂ ਦੇਖਿਆ ਹੀ ਸੀਗਾ, ਘੱਟੋ ਘੱਟ ਮੇਰਾ ਕਹਿੰਦਾ ਵੀ 56-56 ਹੀ ਚੱਲਦਾ ਸੀਗਾ। ਆਹ ਪੈਂਟਾਂ ਕਦੇ ਨੀ ਪਾਉਂਦੀਆਂ ਸੀਗੀਆਂ ਜੀ, ਤੁਹਾਡੀ ਕਿਰਪਾ ਜਿਵੇਂ ਕਹਿੰਦੇ ਨੇ, ਹੁਣ ਅਸੀਂ ਆਪਣੀਆਂ ਜੀਨ ਦੀਆਂ ਪੈਂਟਾਂ। ਤੁਹਾਡਾ ਇੱਕ ਮਹੀਨੇ 'ਚ 11 ਕਿਲੋ ਭਾਰ ਘੱਟ ਗਿਆ ਲਗਭਗ, 11 ਕਿਲੋ 700 ਗ੍ਰਾਮ ਘੱਟ ਗਿਆ, ਤੇ ਤੁਹਾਨੂੰ ਚੰਗਾ ਮਹਿਸੂਸ ਹੋ ਰਿਹਾ? ਤੁਹਾਨੂੰ ਕੀ ਦਿੱਕਤਾਂ ਸੀਗੀਆਂ ਪਹਿਲਾਂ ਓਪਰੇਸ਼ਨ ਤੋਂ ਪਹਿਲਾਂ, ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ? ਮਤਲਬ ਪਹਿਲਾਂ ਤਾਂ ਜੀ ਸਾਨੂੰ ਇਹ ਹੁੰਦਾ ਸੀਗਾ ਵੀ ਡਰਦੇ ਸਵੇਰੇ ਹੱਥ ਕੰਬ ਜਾਂਦੇ ਸੀਗੇ ਵੀ ਸ਼ੂਗਰ ਚੈੱਕ ਕਰ ਲਈਏ, ਖੜਦਾ ਹੀ ਨਹੀਂ ਸੀਗਾ। ਦੇਖੋ ਕਦੇ ਕਈ ਵਾਰ 128 ਰਹਿਣਾ, ਅਤੇ ਮੜ ਇੱਕ ਅੱਧੀ ਰੋਟੀ ਖਾ ਕੇ ਜੇ ਮੁੜ ਕੇ ਨਰਵਸ ਜੋ ਹੋਇਆ ਚੈੱਕ ਕਰਨਾ ਤਾਂ 380। ਸਾਨੂੰ ਤਾਂ ਇਹ ਹੁੰਦਾ ਸੀਗਾ ਵੀ ਚੀਜ਼ ਖਾਣ ਤੋਂ ਪਹਿਲਾਂ ਇਹ ਡਰਦੇ ਹੁੰਦੇ ਸੀਗੇ ਵੀ ਕਿਤੇ ਸਾਲਾ ਕੋਈ ਨਵਾਂ ਕੰਮ ਨਾ ਸ਼ੁਰੂ ਹੋ ਜਾਵੇ। ਅਤੇ ਇਸ ਓਪਰੇਸ਼ਨ ਤੋਂ ਬਾਅਦ ਤੁਹਾਡਾ BMI ਕਾਫੀ ਘੱਟ ਗਿਆ, ਤੁਹਾਡੀ ਸ਼ੂਗਰ ਕੰਟਰੋਲ ਹੋ ਗਈ, ਤੁਹਾਡੀਆਂ BP ਠੀਕ ਹੋ ਗਿਆ, ਤੁਹਾਡੀ ਗੋਲੀਆਂ ਹਟ ਗਈਆਂ। ਬਿਲਕੁਲ, ਅਤੇ ਤੁਹਾਨੂੰ ਨਵੀਂ ਜ਼ਿੰਦਗੀ 'ਚ ਪੈਰ ਪਾਉਣ ਦਾ ਮੌਕਾ ਮਿਲਿਆ। ਬਹੁਤ ਧੰਨਵਾਦ ਜੀ। ਅਸੀਂ ਤਾਂ ਉਹ ਜਿਹੜੀ ਤੁਹਾਡੀ ਗੱਲ ਤੁਸੀਂ ਕਹਿੰਦੇ ਸੀਗੇ ਵੀ 20 ਸਾਲ ਕੋਈ ਪ੍ਰੋਬਲਮ ਨਹੀਂ, ਬਈ ਸਾਡੇ ਖਾਤਰ ਤਾਂ ਸੱਚ ਹੈ, ਸਾਡੇ ਖਾਤਰ ਤਾਂ ਸੱਚ ਹੈ। ਅਤੇ ਤੁਸੀਂ ਜਿਹੜਾ ਬੰਦੇ ਦਾ ਮੋਟਾਪੇ ਦਾ ਸ਼ਿਕਾਰ ਹੈਗਾ, ਉਹਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਕਿ ਲੋਕ ਡਰਦੇ ਸਰਜਰੀ ਤੋਂ? ਦੇਖੋ ਜੀ, ਇਹਦੇ ਵਿੱਚ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ। ਜੇ ਤੁਸੀਂ ਆਪਣੇ ਆਪ ਨੂੰ ਨਹੀਂ ਪਿਆਰ ਕਰ ਸਕਦੇ, ਡਾਕਟਰ ਸਾਹਿਬ ਬੰਦਾ ਮਤਲਬ ਕਿ ਕਿਆ ਕਰ ਸਕਦਾ, ਦੂਸਰੇ ਖਾਤਰ ਕਿਆ ਕਰਾਂਗੇ ਆਪਾਂ? ਉਹ ਕਹਿੰਦੇ ਨੇ ਹੁੰਦੇ ਵੀ ਪਹਿਲਾਂ ਆਪਣੇ ਆਪ ਨੂੰ ਦੇਖੋ, ਚੈਰਿਟੀ ਬਿਗਿੰਸ। ਇੰਨੀ ਕੁ ਮੈਂ ਤਾਂ ਇਹ ਕਹਿੰਦਾ ਵੀ ਜਿਹੜਾ ਬੰਦਾ 2 ਅੱਖਰ ਟੱਪ ਗਿਆ, 100 ਤੋਂ ਉੱਤੇ ਵਾਲਾ ਕੋਈ ਵੀ ਹੈ, ਉਹਨੂੰ ਤੁਹਾਡੀ ਸਲਾਹ ਲੈਣੀ ਓ ਚਾਹੀਦੀ ਹੈ। ਸਲਾਹ ਤਾਂ ਨਹੀਂ ਐਵੇਂ ਦਵਾਈਆਂ 'ਚ ਡਾਕਟਰ, ਅਸੀਂ ਪਤਾ ਕਿਆ ਹੁੰਦਾ, ਅਸੀਂ ਜਿੰਨੇ ਵੀ ਪਿੰਡਾਂ ਵਾਲੇ ਹਾਂ ਉਹ ਨੇੜੇ ਦੇ ਡਾਕਟਰਾਂ ਦੇ ਆਦੀ ਹੋਏ ਹੋਏ ਆ, ਲੇਕਿਨ ਉੱਥੇ ਉਹ ਇਲਾਜ ਤਾਂ ਹੈ ਨਹੀਂ ਕੁਛ ਵੀ। ਉਹਨਾਂ ਤਾਂ ਤੁਹਾਨੂੰ ਉਹ ਸਾਡੇ ਮਦਰ ਹੁੰਦੇ ਸੀਗੇ, ਜੇ ਸਾਨੂੰ ਕਹਿੰਦੇ ਹੁੰਦੇ ਨੇ, ਪਰ ਜ਼ਿੰਦਗੀ ਤਾਂ ਰੱਬ ਵੱਲੋਂ ਹੁੰਦੀ ਹੈ, ਜੇ ਉਹ ਤੁਸੀਂ ਤੁਹਾਡਾ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਸਾਨੂੰ ਇੰਨਾ ਕੁ ਸ਼ੋਹਰ ਸੀਗਾ ਵੀ ਸਾਡੇ ਮਾਤਾ ਜੀ 10-12 ਸਾਲ ਹੋਰ ਕੱਢ ਜਾਂਦੇ ਬੜੇ ਆਰਾਮ ਨਾਲ, ਕਿਉਂ ਉਹਨਾਂ ਨੂੰ ਸ਼ੂਗਰ ਵੇਲੇ ਜਾਂ ਸ਼ੂਗਰ ਦੀਆਂ ਗੋਲੀਆਂ ਦਿੰਦੇ ਸੀ, ਜਦ ਉਹਨਾਂ ਨੂੰ ਹੱਡਾਂ ਦੀ ਸਾਰੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਸੀ, ਜਦ ਹੱਡਾਂ ਰਸਾ ਹੀ ਦਿੰਦੇ ਸੀਗੇ ਜਦ ਸ਼ੂਗਰ ਵੱਧ ਜਾਂਦਾ ਸੀਗਾ। ਬਸ ਇਸੇ ਚੀਜ਼ 'ਚ ਉਹ ਕਹਿੰਦੇ ਨਹੀਂ ਹੁੰਦੇ ਵੀ ਪਿੰਡਾਂ ਵਾਲੇ ਡਾਕਟਰ 19 ਦੇ ਨਾਲੇ ਬੰਦੇ ਨੂੰ ਮਾਰ ਲੈਂਦੇ ਨੇ। ਮੈਂ ਤਾਂ ਤੁਸੀਂ ਦੇਖਿਆ ਹੀ ਹੈ ਇੱਥੇ ਮੇਰਾ ਵੀ 200+ ਸ਼ੂਗਰ, ਕਦੇ 280 ਕਦੇ 290, ਮਤਲਬ ਇੱਕ ਨੋਰਮਲ ਨਹੀਂ ਹੁੰਦਾ ਸੀਗਾ। ਹੁਣ ਅਸੀਂ ਜਦ ਵੀ ਚੈੱਕ ਕਰਦੇ ਹਾਂ ਕਦੇ 98 ਹੁੰਦਾ, ਕਦੇ 102 ਹੁੰਦਾ, ਬਸ ਇੰਨਾ। ਬਾਕੀ ਸਰਜਰੀ ਕਰਾਉਣ ਤੋਂ ਬਾਅਦ ਸਾਨੂੰ ਕੋਈ ਐਂ ਨਹੀਂ ਲੱਗਿਆ ਵੀ ਵੀਕਨੈਸ ਹੋ ਗਈ ਜੀ, ਵਜਨ ਘੱਟ ਗਿਆ, ਮਰੂੰ ਮਰੂੰ ਸਰੀਰ ਕਰਦਾ, ਕੋਈ ਇਹੋ ਜਿਹਾ ਨਹੀਂ। 4 ਵਜੇ ਉੱਠੀ ਦਾ ਆਪਣਾ ਆਰਾਮ ਨਾਲ ਮੂੰਹ ਹੱਥ ਧੋ ਕੇ ਮਾੜੀ ਮੋਟੀ ਕੋਈ ਪਾਣੀ ਛਾਣੀ ਪੀ ਕੇ ਫਿਰ ਠੀਕ ਠਾਕ ਆ। ਅਤੇ ਬਰੈਟਿਕ ਸਰਜਰੀ ਬਾਰੇ ਦੱਸਣਾ ਚਾਹੂੰਗਾ ਕਿ ਇਹ ਸਰਜਰੀ ਬੰਦੇ ਨੂੰ ਕਮਜ਼ੋਰ ਨਹੀਂ ਕਰਦੀ, ਬੰਦੇ ਨੂੰ ਠੀਕ ਕਰਦੀ ਹੈ, ਅਤੇ ਸਰਜਰੀ ਬਹੁਤ ਵੱਡੀ ਨਹੀਂ ਹੈਗੀ, ਦੂਰਬੀਨ ਨਾਲ ਕੀਤੀ ਜਾਂਦੀ ਹੈ, ਅਤੇ ਬੰਦਾ ਨਵੀਂ ਜ਼ਿੰਦਗੀ 'ਚ ਪੈਰ ਰੱਖ ਸਕਦਾ, ਉਹਦੀ ਸਾਰੀਆਂ ਬਿਮਾਰੀਆਂ ਸ਼ੂਗਰ BP ਇਹ ਸਾਰੇ ਕੰਟਰੋਲ ਹੋ ਜਾਂਦੀਆਂ, ਸਾਰੀ ਦਵਾਈਆਂ ਤੋਂ ਖੇੜਾ ਛੁੱਟ ਜਾਂਦਾ, ਅਤੇ ਕੋਈ ਵੀ ਲੋਕ ਜੋ ਮੋਟਾਪੇ ਦਾ ਸ਼ਿਕਾਰ ਹੈਗੇ ਇਸ ਸਰਜਰੀ ਦੀ ਹੈਲਪ ਲਾ ਕੇ ਨਵੀਂ ਜ਼ਿੰਦਗੀ 'ਚ ਪੈਰ ਰੱਖ ਸਕਦੇ ਹਨ ਅਤੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਜੀ ਸਕਦੇ ਹਨ। ਧੰਨਵਾਦ ਜੀ।